ਵੈਲਕਮ ਟੂ ਮਾਈ ਯੂਟਿਊਬ ਚੈਨਲ। ਸਾਡੇ ਬੈਲ ਆਈਕਨ 'ਤੇ ਕਲਿੱਕ ਕਰਕੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਨਿਊ ਅਪਡੇਟ ਤੁਹਾਨੂੰ ਤੁਰੰਤ ਮਿਲ ਸਕੇ। ਆਹ ਦੇਖ ਸਕਦੇ ਤੁਸੀਂ, ਇਹ ਗੇਅਰ ਡਰਾਈਵ ਹੈ ਜੀ, ਓਵਰਹੈੱਡ ਇੰਜਣ ਹੈ ਜੀ, ਓਵਰਹੈੱਡ ਕੈਮ ਡਰਾਈਵ ਇੰਜਣ ਹੈ ਜੀ, ਬੈਲਟ ਡਰਾਈਵ ਹੈ ਜੀ, ਇਹ ਲੱਗਿਆ ਵਾ ਜੀ ਆਪਣਾ VVD ਸਿਸਟਮ, ਐਡਵਾਂਸ ਟਾਇਰ ਸਿਸਟਮ ਜੀ, ਠੀਕ ਹੈ ਜੀ। ਅਤੇ ਇਹਦਾ ਗੈਸਕਿਟ ਦੀ ਪ੍ਰੋਬਲਮ ਸੀਗੀ, ਗੈਸਕਿਟ ਲੀਕ ਹੋ ਗਿਆ ਜੀ ਉੱਪਰ ਵਾਲਾ ਜੀ, ਟੈਪਟ ਕਵਰ ਵਾਲਾ ਜੀ। ਅਤੇ ਪਲੱਗਾਂ ਦੀ ਕੰਡੀਸ਼ਨ ਤੁਹਾਨੂੰ ਦਿਖਾਉਂਦੇ ਹਾਂ ਕਿ ਐਮ ਓਇਲ ਜਿਹੜਾ ਕਿ ਮੁਗਲੈਲ ਕਹਿੰਦੇ ਜਿਹਨੂੰ ਆਪਾਂ ਓਇਲ, ਉਹ ਚੱਲ ਗਿਆ ਜੀ ਇਹਦੇ ਵਿੱਚ, ਹੈਡ ਦੇ ਵਿੱਚ। ਆਹ ਦੇਖ ਸਕਦੇ ਤੁਸੀਂ ਪੂਰੇ ਭਰ ਕੇ, ਆਹ ਤੁਸੀਂ ਦੇਖ ਸਕਦੇ। ਇਹ ਕੋਇਲਾਂ ਜੀ ਆਪਣੀਆਂ ਇਗਨੀਸ਼ਨ ਕੋਇਲਾਂ ਜਿਹੜੀਆਂ ਕਿ ਕਰੰਟ ਸਪਲਾਈ ਕਰਦੀਆਂ ਜੀ ਤਿੰਨ ਇੰਜੈਕਟਰਾਂ ਨੂੰ। MPFI ਰੇਅਲ ਸਿਸਟਮ ਹੈ ਜੀ। ਅਤੇ ਆਹ ਦੇਖ ਸਕਦੇ ਤੁਸੀਂ, ਇਹਦੀਆਂ ਸੀਲਾਂ ਲੀਕ ਹੋ ਗਈਆਂ ਜੀ, ਸੀਲਾਂ ਲੀਕ ਆਉਣ ਕਰਕੇ ਤੇਲ ਜਿਹੜਾ ਜੀ ਅੰਦਰ ਚਲ ਗਿਆ ਜੀ, ਐਂਟਰੀ ਕਰ ਗਿਆ ਜੀ। ਐਂਟਰੀ ਕਰਨ ਦੇ ਨਾਲ ਤੇਲ, ਉਹ ਸਪਾਰਕ ਪਲੱਗ ਲੱਗੇ ਹੁੰਦੇ ਜੀ ਇੱਥੇ, ਆਹ ਦੇਖ ਸਕਦੇ ਤੁਸੀਂ, ਇੱਥੇ ਤਾਂ ਤੇਲ ਐਂਟਰੀ ਕਰ ਗਿਆ ਜੀ ਬਲੋਕ ਦੇ ਵਿੱਚ, ਅੰਦਰ ਚਲ ਗਿਆ ਜੀ ਤੇਲ। ਉਹਦੇ ਨਾਲ ਬਲੈਕ ਸਮੋਕ ਵੀ ਆਉਣਾ ਸ਼ੁਰੂ ਹੋਇਆ ਨਹੀਂ ਸੀਗਾ, ਉਹਦੇ ਵਿੱਚ ਸਪਾਰਕ ਪਲੱਗ ਜਾਣੀ ਕਿ ਭਰ ਕੇ ਪ੍ਰੋਪਰ ਹੈ ਤੇਲ ਦੇ ਨਾਲ, ਤਾਂ ਕਰਕੇ ਆਪਾਂ ਨੇ ਪੂਰਾ ਸਿਸਟਮ ਰਿਮੂਵ ਕੀਤਾ ਜੀ। ਅਤੇ ਤੁਸੀਂ ਦੇਖ ਸਕਦੇ ਕੰਡੀਸ਼ਨ ਕਹੀ ਹੋ ਗਈ ਐਮ ਓਇਲ ਦੀ, ਦੇਖ ਸਕਦੇ ਤੁਸੀਂ। ਅਤੇ ਬਾਕੀ ਥਰੋਟਲ ਬੋਡੀ ਵੀ ਤੁਸੀਂ ਦੇਖ ਸਕਦੇ, ਥਰੋਟਲ ਬੋਡੀ ਓਕੇ ਆ ਜੀ, ਸਾਫ ਕਰਨ ਵਾਲੀ ਹੋਈ ਬਸ, ਹੋਰ ਕੁਛ ਨਹੀਂ ਹੋਏਗਾ।